ਇੱਥੇ ਕੁਝ ਕਰਨਾ ਹੀ ਨਹੀਂ ਪੈ ਰਿਹਾ। ਪੰਜਾਬ ਤਾਂ ਸ਼ੁਰੂ ਹੋਇਆ ਸੀ, ਬਸ ਹੁਣ ਲੋਕੀ ਪੰਜਾਬੀਆਂ ਨੂੰ ਤੇ ਹਰਿਆਣੇ ਵਾਲੇ ਰਾਜਸਥਾਨ ਵਾਲੇ ਸਾਰੇ ਕਹਿ ਰਹੇ ਵੀਰੇ ਤੁਸੀਂ ਸ਼ਾਂਤ ਹੋ ਕੇ ਬਹਿ ਜਾਓ, ਤੁਹਾਡੇ ਛੋਟੇ ਭਰਾ ਆ ਗਏ। ਉੱਥੇ ਪੰਜਾਬ ਨੂੰ ਹਰ ਸਟੇਟ ਆਪਣਾ ਵੱਡਾ ਭਰਾ ਦੱਸ ਰਹੀ ਹੈ ਔਰ ਉਹ ਕਹਿ ਰਹੇ ਨੇ ਕਿ ਵੱਡੇ ਵੀਰੋ ਤੁਸੀਂ ਹੁਣ ਬਹਿ ਜਾਓ। ਹੁਣ ਰਾਜਸਥਾਨ ਆ ਗਿਆ, ਹਰਿਆਣਾ ਆ ਗਿਆ, ਉਦੋਂ ਯੂਪੀ ਆ ਗਿਆ, ਉੱਤਰਾਖੰਡ ਆ ਰਿਹਾ। ਉਹ ਯਾਰ ਇਹਨਾਂ ਨੇ ਕੰਟਰੀ ਇੱਕ ਕਰ ਦਿੱਤੀ, ਬਹੁਤ ਸ਼ੁਕਰੀਆ ਤੁਹਾਡਾ। ਉਹ ਤੁਸੀਂ ਦੇਸ਼ ਇੱਕ ਕਰਤਾ, ਕਿਸੇ ਨੂੰ ਪਤਾ ਹੀ ਨਹੀਂ ਉੱਥੇ ਕੌਣ ਮੁਸਲਮਾਨ, ਕੌਣ ਹਿੰਦੂ, ਕੌਣ ਈਸਾਈ, ਕੌਣ ਕ੍ਰਿਸਚਨ, ਕੁਛ ਨਹੀਂ ਪਤਾ। ਪੰਜਾਬ ਨੂੰ ਹੱਥ ਜੋੜਦੇ ਪਏ ਨੇ ਕਿ ਪੰਜਾਬ ਤੋਂ ਦੁੱਧ ਨਾ ਲੈ ਕੇ ਆਓ, ਪੰਜਾਬ ਤੋਂ ਰਾਸ਼ਨ ਨਾ ਲੈ ਕੇ ਆਓ। ਬੰਦਾ ਬੜਾ ਇਮੋਸ਼ਨਲ ਮੈਂ ਦੇਖਿਆ ਹੋਇਆ, ਮੈਂ ਹੱਥ ਜੋੜ ਰਿਹਾ ਸੀ, ਕਹਿੰਦਾ ਭਾਈ ਜਿਸ ਦਿਨ ਹਰਿਆਣਾ ਮੈਂ ਖਤਮ ਹੋ ਜਾਗਾ ਨਾ ਰਾਸ਼ਨ ਪਾਣੀ, ਉਸ ਦਿਨ ਖੁਦ ਹੀ ਬੋਲ ਦੇਗੇ ਆਪਕੋ, ਉਸ ਦਿਨ ਲੈ ਕੇ ਆ ਜਾਣਾ ਭਾਈ ਹਰਿਆਣਾ ਮੈਂ ਵੀ ਆਪ ਕੇ ਲਈ ਦੁੱਧ ਵੀ ਹੈ ਰਾਸ਼ਨ ਵੀ ਹੈ ਭਾਈ, ਹਮੇ ਸ਼ਰਮਿੰਦਾ ਮਤ ਕਰੋ। ਮਰਜ਼ੀ ਧਰਮ ਦੇ ਨਾਂ ਤੇ ਵੰਡ ਲਓ, ਜਦੋਂ ਗੱਲ ਦੇਸ਼ ਦੀ ਆਬਰੂ ਆਣ ਕੇ ਮਾਣ ਸ਼ਾਂਤ ਇੱਜ਼ਤ ਤੇ ਆਉਂਦੀ ਹੈ ਉਦੋਂ ਸਾਰਾ ਭਾਰਤ ਸਾਰਾ ਇੰਡੀਆ ਇਕੱਠਾ ਹੈ। ਚਲੋ ਭਾਜੀ ਫੂਕ ਮਾਰ ਕੇ ਲੰਘ ਜੇ, ਇਹ ਕਦੇ ਹੋ ਸਕਦਾ ਭਾਜੀ? ਲੋਕਾਂ ਦੇ ਸਾਡੀ ਤਾਂ ਗਲੀ 'ਚੋਂ ਭਾਜੀ ਉਹ ਮੋਟਰਸਾਈਕਲ ਦੀ ਦੁੱਖ ਦੁੱਖ ਕਰਕੇ ਲੰਘ ਜੇ, ਲੋਕੀ ਕਹਿੰਦੇ ਇਹਨੂੰ ਸਲੰਸਰ ਲਵਾ ਲੈ ਨਹੀਂ ਤਾਂ ਲਾਉਣਾ ਆਉਂਦਾ ਸਾਨੂੰ। ਉਹਦੇ ਮੂੰਹ 'ਚ ਗੰਦ ਹੋ ਸਕਦਾ, ਸਾਡੇ ਲੋਕਾਂ ਦੇ ਮੂੰਹ 'ਚ ਇੰਨੀ ਜਲਦੀ ਕਿਸੇ ਔਰਤ ਲਈ ਗੰਦ ਨਹੀਂ ਆ ਸਕਦਾ। ਉੱਥੇ ਕੁਝ ਕਰਨਾ ਹੀ ਨਹੀਂ ਪੈ ਰਿਹਾ, ਪੰਜਾਬ ਤਾਂ ਸ਼ੁਰੂ ਹੋਇਆ ਸੀ, ਬਸ ਹੁਣ ਲੋਕੀ ਪੰਜਾਬੀਆਂ ਨੂੰ ਉੱਥੇ ਹਰਿਆਣੇ ਵਾਲੇ ਰਾਜਸਥਾਨ ਵਾਲੇ ਸਾਰੇ ਕਹਿ ਰਹੇ ਵੀਰੇ ਤੁਸੀਂ ਸ਼ਾਂਤ ਹੋ ਕੇ ਬਹਿ ਜਾਓ, ਤੁਹਾਡੇ ਛੋਟੇ ਭਰਾ ਆ ਗਏ ਨੇ। ਉੱਥੇ ਪੰਜਾਬ ਨੂੰ ਹਰ ਸਟੇਟ ਆਪਣਾ ਵੱਡਾ ਭਰਾ ਦੱਸ ਰਹੀ ਹੈ ਔਰ ਉਹ ਕਹਿ ਰਹੇ ਨੇ ਕਿ ਵੱਡੇ ਵੀਰੋ ਤੁਸੀਂ ਹੁਣ ਬਹਿ ਜਾਓ। ਹੁਣ ਰਾਜਸਥਾਨ ਆ ਗਿਆ, ਹਰਿਆਣਾ ਆ ਗਿਆ, ਉਦੋਂ ਯੂਪੀ ਆ ਗਿਆ, ਉੱਤਰਾਖੰਡ ਆ ਰਿਹਾ। ਉਹ ਯਾਰ ਇਹਨਾਂ ਨੇ ਕੰਟਰੀ ਇੱਕ ਕਰ ਦਿੱਤੀ, ਬਹੁਤ ਸ਼ੁਕਰੀਆ ਤੁਹਾਡਾ। ਉਹ ਤੁਸੀਂ ਦੇਸ਼ ਇੱਕ ਕਰਤਾ, ਕਿਸੇ ਨੂੰ ਪਤਾ ਹੀ ਨਹੀਂ ਉੱਥੇ ਕੌਣ ਮੁਸਲਮਾਨ, ਕੌਣ ਹਿੰਦੂ, ਕੌਣ ਈਸਾਈ, ਕੌਣ ਕ੍ਰਿਸਚਨ, ਉੱਥੇ ਕੁਛ ਨਹੀਂ ਪਤਾ। ਹੋਰ ਦੇਖਿਓ ਤੁਸੀਂ ਹਰਿਆਣੇ ਦੇ ਲੋਕ ਜਿਵੇਂ ਪੰਜਾਬ ਨੂੰ ਹੱਥ ਜੋੜਦੇ ਪਏ ਨੇ ਕਿ ਪੰਜਾਬ ਤੋਂ ਦੁੱਧ ਨਾ ਲੈ ਕੇ ਆਓ, ਪੰਜਾਬ ਤੋਂ ਰਾਸ਼ਨ ਨਾ ਲੈ ਕੇ ਆਓ। ਇੱਕ ਬੰਦਾ ਬੜਾ ਇਮੋਸ਼ਨਲ ਮੈਂ ਦੇਖਿਆ ਹੋਇਆ, ਮੈਂ ਹੱਥ ਜੋੜ ਰਿਹਾ ਸੀ, ਕਹਿੰਦਾ ਭਾਈ ਜਿਸ ਦਿਨ ਹਰਿਆਣਾ ਮੈਂ ਖਤਮ ਹੋ ਜਾਗਾ ਨਾ ਰਾਸ਼ਨ ਪਾਣੀ, ਦੁੱਧ ਉਸ ਦਿਨ ਖੁਦ ਹੀ ਬੋਲ ਦੇਗੇ ਆਪਕੋ, ਉਸ ਦਿਨ ਲੈ ਕੇ ਆ ਜਾਣਾ ਭਾਈ ਹਰਿਆਣਾ ਮੈਂ ਵੀ ਆਪ ਕੇ ਲਈ ਦੁੱਧ ਵੀ ਹੈ ਰਾਸ਼ਨ ਵੀ ਹੈ ਭਾਈ, ਹਮੇ ਸ਼ਰਮਿੰਦਾ ਮਤ ਕਰੋ। ਮਤਲਬ ਕਿੰਨੀ ਸੋਹਣੀ ਗੱਲ ਕਰ ਰਿਹਾ ਕਿ ਸਾਨੂੰ ਸ਼ਰਮਿੰਦਾ ਨਾ ਕਰੋ, ਇੱਥੋਂ ਕਿਤੋਂ ਲਿਆਉਣ ਦੀ ਲੋੜ ਨਹੀਂ। ਕਹਿੰਦੇ ਜਦੋਂ ਹਰਿਆਣੇ 'ਚੋਂ ਦੁੱਧ ਮੁੱਕ ਗਿਆ, ਰਾਸ਼ਨ ਮੁੱਕ ਗਿਆ, ਉਦੋਂ ਪੰਜਾਬ ਤੋਂ ਮੰਗਾਇਓ। ਯਾਰ ਇਸ ਤੋਂ ਵੱਡੀ ਮੈਂ ਕਹਿੰਦਾ ਨੈਸ਼ਨਲ ਇੰਟੈਗਰੇਸ਼ਨ ਕਦੇ ਦੇਖੀ ਨਹੀਂ। ਸ਼ੁਕਰ ਹੈ ਇਹ ਮੌਕਾ ਆਇਆ ਤੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਜਿੰਨਾ ਮਰਜ਼ੀ ਧਰਮ ਦੇ ਨਾਂ ਤੇ ਵੰਡ ਲਓ, ਜਦੋਂ ਗੱਲ ਦੇਸ਼ ਦੀ ਆਬਰੂ ਆਣ ਇਹ ਮਾਣ ਸ਼ਾਂਤ ਇੱਜ਼ਤ ਤੇ ਆਉਂਦੀ ਹੈ ਉਦੋਂ ਸਾਰਾ ਭਾਰਤ ਸਾਰਾ ਇੰਡੀਆ ਇਕੱਠਾ ਹੈ। ਲੋਕ ਤੁਹਾਨੂੰ ਲੱਗਦਾ ਕਿ ਗੱਲ ਦਾ ਬਿਨਾਂ ਫੈਸਲਾ ਕੀਤੇ ਗੱਲ ਕਦੇ ਮੁੱਕ ਸਕਦੀ ਹੈ? ਸੋ ਗੱਲ ਤਾਂ ਐਂਡ ਤੇ ਲਾਉਣੀ ਪੈਣੀ ਹੈ ਤੁਹਾਨੂੰ ਭਾਜੀ, ਗੱਲ ਤਾਂ ਸਿਰੇ ਲੱਗੇਗੀ ਤਾਂ ਗੱਲ ਮੁੱਕੇਗੀ ਭਾਜੀ। ਹਾਂ ਬਿਲਕੁਲ ਬਿਲਕੁਲ ਭਾਜੀ, ਉਸੇ ਗੱਲ ਦੀ ਤਾਂ ਅੱਜ ਤੱਕ ਲਿਆਜ ਹੋਈ, ਉਸੇ ਗੱਲ ਦੀ ਇੱਜ਼ਤ ਹੋਈ ਹੈ, ਵਰਨਾ ਕੋਈ ਭਾਜੀ ਕੂਕ ਮਾਰ ਕੇ ਲੰਘ ਜੇ ਇਹ ਕਦੇ ਹੋ ਸਕਦਾ ਭਾਜੀ? ਲੋਕਾਂ ਦੇ ਸਾਡੀ ਤਾਂ ਗਲੀ 'ਚੋਂ ਭਾਜੀ ਉਹ ਮੋਟਰਸਾਈਕਲ ਦੀ ਦੁੱਖ ਦੁੱਖ ਕਰਕੇ ਲੰਘ ਜੇ, ਲੋਕੀ ਕਹਿੰਦੇ ਇਹ ਤਾਂ ਸਲੰਸਰ ਲਵਾ ਲੈ ਨਹੀਂ ਤਾਂ ਲਾਉਣਾ ਆਉਂਦਾ ਸਾਨੂੰ। ਇੱਥੇ ਤਾਂ ਲੋਕ ਉਹ ਨਹੀਂ ਛੇਤੀ ਬਰਦਾਸ਼ਤ ਕਰਦੇ। ਐਡੀ ਵੱਡੀ ਗੱਲ ਕਹਿ ਗਈ, ਸਬਰ ਹੀ ਸੀਗਾ ਵੀ ਚੱਲ ਇੱਕ ਲੜਕੀ ਹੈ ਇਹਨੂੰ ਹੁਣ ਕੀ ਗੰਦ, ਉਹਦੇ ਮੂੰਹ 'ਚ ਗੰਦ ਹੋ ਸਕਦਾ, ਸਾਡੇ ਲੋਕਾਂ ਦੇ ਮੂੰਹ 'ਚ ਇੰਨੀ ਜਲਦੀ ਕਿਸੇ ਔਰਤ ਲਈ ਗੰਦ ਨਹੀਂ ਆ ਸਕਦਾ, ਕਿਉਂਕਿ ਉਹ ਧਰਤੀ ਹੈ ਜਿੱਥੇ ਗੁਰੂ ਸਾਹਿਬ ਨੇ ਸੰਦੇਸ਼ ਹੀ ਇਹ ਦਿੱਤਾ ਸੀ, ਸੇ ਕਿਉਂ ਮੰਦਾ ਆਖੀਐ ਜਿੱਤ ਜੰਮੇ ਰਾਜਾਨ। ਸੋ ਇਹ ਸੰਦੇਸ਼ ਹੀ ਕੁਦਰਤ ਸਾਨੂੰ ਬਾਬੇ ਸਾਡੇ ਉਹ ਦੇ ਗਏ ਨੇ, ਸਾਡੇ ਕੋਲੋਂ ਬਹੁਤ ਜਲਦੀ ਇੰਨਾ ਗੰਦਾ ਬੋਲਿਆ ਨਹੀਂ ਜਾਂਦਾ ਜਿੰਨਾ ਬੋਲਦੀ, ਕੋਈ ਨਹੀਂ ਉਹਨੂੰ ਰੱਬ ਸਮਤ ਦੇਵੇ।